मैम कोई वादा पूरा नहीं होया, सारे वादे झूठे किए जी उन्होंने। जिहड़े सानू लालच दिता जा रहा है भी 1000 रुपए मंथली देवांगे जां 2000 मंथली देवांगे, सानू इस चीज की कोई लोड़ नहीं। नौकरी चाहिए, असि तो इन्ना पढ़ लिख के बेरोजगार तुरे फिरते हैं। कैप्टन अमरिंदर सिंह ने नौकरी वाले फार्म भरवाए थे और कार्ड दिता सी, वो तुसी हैगा थोड़े को? हाँ जी मैम हैगा, असं रुजगार मेलिया चे गए, साढ़े कुछ बने ही नहीं हैगा। कहिंदे रुजगार मेले दे विच नौकरियां बड़ियां दित्तियां? नहीं दित्ती मैम, कॉल ही नहीं आई सानू कदे। महंगाई इन्नी हो रही है, तेल देख लो, रिफाइंड देख लो, सिलेंडर देख लो, की करूगा अगला? कच्चे घर ने साढ़े, वो चाहते ने कहने थोड़ा पैसे मिलने, कोई मिलता नहीं। सत श्री अकाल, एबीपी सांझा देख रहे दर्शकों का स्वागत है, मैं चरणजीत कौर ते तुसी देख रहे हो एबीपी सांझा दा खास शो चोणा दा चुल्ला चौंका, जिस दे विच असी महिलावां दीआं मुश्किलां तुहानूं सुणवाउंदे आं, मसले दसदे आं। ते एबीपी सांझा दी टीम मौजूद है पदौड़ विधानसभा हलके दे विच, जिथों कांग्रेस दे वल्लों उम्मीदवार अपने ऐलाने गए ने चरणजीत सिंह चन्नी, ओह चोण पिंड दे विच ने, ते उहनां दा मुकाबला आम आदमी पार्टी दे वल्लों करनगे लाभ सिंह उगोके, ते श्रोमणी अकाली दल दे वल्लों सतनाम सिंह नूं चोण पिंड दे विच नता ਆ ਗਿਆ। ਕੀ ਨਾਮ ਹੈ ਤੁਹਾਡਾ? ਅਮਨਦੀਪ ਕੌਰ। ਤੇ ਜੇ ਤੁਹਾਨੂੰ ਪੁੱਛੀਏ ਕਿ 5 ਸਾਲ ਕਾਂਗਰਸ ਦੀ ਸਰਕਾਰ ਸੀ ਤੇ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ, ਉਹਨਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿੰਨੇ ਪੂਰੇ ਹੋ ਗਏ? ਮੈਮ ਕੋਈ ਵਾਅਦਾ ਪੂਰਾ ਨਹੀਂ ਹੋਇਆ, ਸਾਰੇ ਵਾਅਦੇ ਝੂਠੇ ਕੀਤੇ ਜੀ ਉਹਨਾਂ ਨੇ। ਕੁਝ ਵੀ ਨਹੀਂ ਕੀਤਾ ਜੀ ਉਹਨਾਂ ਨੇ, ਇੰਨੇ ਨੌਕਰੀ ਦੇਣੀ ਆ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਜੀ, ਨਸ਼ੇ ਕੁਝ ਵੀ ਨਹੀਂ ਮੁਕਤ ਕੀਤਾ ਜੀ ਉਹਨਾਂ ਨੇ। ਭ੍ਰਿਸ਼ਟਾਚਾਰ ਦੀ ਤੁਸੀਂ ਗੱਲ ਕੀਤੀ, ਕਿਹੋ ਜਿਹਾ ਭ੍ਰਿਸ਼ਟਾਚਾਰ ਹੁੰਦਾ? ਭ੍ਰਿਸ਼ਟਾਚਾਰ ਜੀ ਜਿਵੇਂ ਲੋਕਾਂ ਨੇ ਨੌਕਰੀਆਂ ਦੇਣੀਆਂ ਨੇ ਜੀ, ਉਹ ਹੁਣ ਪੈਸੇ ਲੈ ਕੇ ਦੇਈ ਜਾਂਦੇ ਨੇ ਜੀ, ਜਿਨ੍ਹਾਂ ਕੋਲ ਪੈਸੇ ਨਹੀਂ ਗਰੀਬ ਜਨਤਾ ਉਹ ਕੀ ਕਰੂਗੀ ਜੀ, ਸਾਰੇ ਉਹੀ ਕਰਦੇ ਜੀ। ਤੇ ਮਹਿੰਗਾਈ ਦੀ ਗੱਲ ਕਰੀਏ, ਤੁਸੀਂ ਚੁੱਲਾ ਚੌਂਕਾ ਵੀ ਕਰਦੇ ਹੋਗੇ, ਰਸੋਈ ਵੀ ਸਾਂਭਦੇ ਹੋਗੇ, ਤੇ ਐਸਾ ਮਹਿੰਗਾਈ ਦੇ ਨੇ 5 ਸਾਲਾਂ ਦੇ ਵਿੱਚ ਸਰਕਾਰ ਨੇ ਅਜਿਹਾ ਕੁਝ ਕੀਤਾ ਜਿੱਦੋਂ ਤੁਹਾਨੂੰ ਲੱਗੇ ਵੀ ਥੋੜਾ ਸੌਖਾ ਹੋਇਆ ਕੰਮ? ਨਹੀਂ ਮੈਮ, ਬਹੁਤ ਔਖਾ ਗਾ ਜੀ, ਗਰੀਬ ਜਨਤਾ ਨੂੰ ਬਹੁਤ ਜ਼ਿਆਦਾ ਔਖਾ ਗਾ ਜੀ, ਚੁੱਲਾ ਚੌਂਕਾ ਚਲਾਉਂਦੇ ਹਾਂ, ਕੁਛ ਵੀ ਨਹੀਂ, ਸਿਲੰਡਰ ਵੀ ਇੰਨਾ ਜ਼ਿਆਦਾ ਮਹਿੰਗਾ ਕੀਤਾ ਗਿਆ ਜੀ। ਪਰ ਕਾਂਗਰਸ ਨੇ ਹੁਣ ਵਾਅਦਾ ਕੀਤਾ ਵੀ 8 ਸਿਲੰਡਰ ਮੁਫਤ ਦੇਵਾਂਗੇ, ਤੇ ਤੁਹਾਡੇ ਹਲਕੇ ਤੋਂ ਤਾਂ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਮੁੱਖ ਮੰਤਰੀ ਨੇ ਉਹੀ ਚੋਣ ਲੜ ਰਹੇ ਨੇ, ਤੁਹਾਨੂੰ ਆਸ ਦਿਖ ਰਹੀ ਹੈ ਵੀ ਐਡਾ ਵੱਡਾ ਲੀਡਰ ਤੁਹਾਡੇ ਹਲਕੇ ਤੋਂ ਚੋਣ ਲੜ ਰਿਹਾ? ਨਹੀਂ ਬਿਲਕੁਲ ਮੈਮ, ਕੋਈ ਝੂਠ ਹੈ ਜੀ, ਸਾਰਾ ਕੁਝ ਨਹੀਂ, ਕੁਛ ਵੀ ਨਹੀਂ ਮਿਲਦਾ ਜੀ, ਸਿਲੰਡਰ ਫ੍ਰੀ, 800-900 ਦਾ ਸਿਲੰਡਰ ਹੋਇਆ ਪਿਆ ਜੀ, ਕੀ ਕਰੂ ਗਰੀਬ ਜਨਤਾ ਜੀ, ਬਹੁਤ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਜੀ। ਚਰਨਜੀਤ ਸਿੰਘ ਚੰਨੀ ਨੇ, ਉਹਨਾਂ ਨੇ 111 ਦਿਨ ਕੰਮ ਕੀਤਾ ਤੇ ਹੁਣ ਉਹ 2 ਸੀਟਾਂ ਤੋਂ ਚੋਣ ਲੜ ਰਹੇ ਨੇ, ਇੱਕ ਚਮਕੌਰ ਸਾਹਿਬ ਤੋਂ ਤੇ ਇੱਕ ਇੱਥੋਂ, ਤੁਹਾਡੇ ਹਲਕੇ ਚ ਆਏ ਨੇ ਉਹ, ਤੇ ਉਹ ਵਾਅਦੇ ਵੀ ਕਰ ਰਹੇ ਕਿ ਮੈਂ ਸਦਾਮਾ ਇਹ ਤੇ ਕ੍ਰਿਸ਼ਨ ਦੀ ਤਰ੍ਹਾਂ ਮੈਨੂੰ ਜਿਹੜਾ ਪਿਆਰ ਇਸ ਹਲਕੇ ਦੀ ਜਨਤਾ ਦੇਏਗੀ, ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ? ਝੂਠਾ ਜੀ ਇਹਦੇ ਬਿਆਨ, ਮੈਨੂੰ ਸਾਰੇ ਲੱਗਦੇ। ਤੁਹਾਡੇ ਤੋਂ ਜੇਕਰ ਜਾਣੀਏ ਕੀ ਮਸਲੇ ਨੇ ਤੁਹਾਡੇ, ਜਦੋਂ ਨਵਾਂ ਉਮੀਦਵਾਰ ਜਿਹੜਾ ਤੁਹਾਡਾ ਆਏਗਾ ਤੁਹਾਡੇ ਤੋਂ ਵੋਟ ਮੰਗੇਗਾ ਤੇ ਕੀ ਪੁੱਛੋਗੇ ਉਸ ਨੂੰ? ਉਸ ਨੂੰ ਪਹਿਲਾਂ ਮੈਂ ਪੁੱਛਾਂਗੇ ਜੀ, ਪਹਿਲਾਂ ਵੀ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਤੇ ਸਿਲੰਡਰ ਵੀ ਸਸਤੇ ਕੀਤੇ ਜਾਣ, ਤੇ ਬੱਚਿਆਂ ਦੇ ਸਕੂਲ ਖੋਲੇ ਜਾਣ, ਭਵਿੱਖ ਬੱਚਿਆਂ ਦਾ ਬਹੁਤ ਹੀ ਖਰਾਬ ਹੁੰਦਾ ਜਾ ਰਿਹਾ ਗਾ, ਤਾਂ ਕਰਕੇ ਮੈਮ ਅਸੀਂ ਉਹਨਾਂ ਨੂੰ ਇਹ ਪਹਿਲਾਂ ਤਾਂ ਆਪਣਾ ਮਤਲਬ ਕਿ ਅਸੀਂ ਨੇਤਾ ਉਹੀ ਚੁਣਾਂਗੇ ਜਿਹੜਾ ਪੜ੍ਹਿਆ ਲਿਖਿਆ ਹੋਵੇ ਤੇ ਅੱਛਾ ਹੋਵੇ ਤੇ ਚੰਗਾ ਹੋਵੇ, ਤੇ ਨਹੀਂ ਅਸੀਂ ਮੈਮ ਵੋਟ ਨਹੀਂ ਪਾਵਾਂਗੇ। ਪਰ ਚਰਨਜੀਤ ਸਿੰਘ ਚੰਨੀ ਬੜੇ ਪੜ੍ਹੇ ਲਿਖੇ ਨੇ, PhD ਕਰ ਰਹੇ ਨੇ ਉਹ? ਮੈਮ ਦੇਖੋ ਜੀ, ਜੋ ਵੀ ਕਰਦੇ ਨੇ ਵੈਸੇ ਬੈਸਟ ਆ, ਅੱਛੇ ਨੇ, ਤੇ ਬਾਕੀ ਅਸੀਂ ਮੈਮ ਉਹ ਮਤਲਬ ਕਿ ਅਸੀਂ ਐਵੇਂ ਦੇਖਾਂਗੇ ਵੀ ਜੋ ਸਾਡਾ ਭਵਿੱਖ ਸਵਾਰਨਗੇ ਤੇ ਸਾਨੂੰ ਮਤਲਬ ਕਿ ਨੌਕਰੀਆਂ ਦੇਣਗੇ, ਘਰ ਬੈਠਿਆਂ ਨੂੰ ਬੇਰੋਜ਼ਗਾਰਾਂ ਨੂੰ ਕਹਿੰਦੇ ਹੁੰਦੇ ਨੇ ਰੋਜ਼ਗਾਰ ਦੇਣਗੇ, ਅਸੀਂ ਉਹਨਾਂ ਨੂੰ ਵੀ ਵੋਟ ਪਾਵਾਂਗੇ। ਤੇ ਕਾਂਗਰਸ ਸਰਕਾਰ ਨੇ ਤਾਂ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ, ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੋਕਾਂ ਨੂੰ ਨੌਕਰੀ ਮਿਲੀ? ਮੈਮ ਕਿਸੇ ਨੂੰ ਨਹੀਂ ਮਿਲੀ ਹੈਗੀ ਜੀ ਨੌਕਰੀ, ਉਹਨਾਂ ਦੇ ਵਾਅਦੇ ਸਾਰੇ ਝੂਠੇ ਨਿਕਲੇ ਜੀ। ਜੇ ਆਪਾਂ ਵਿਚਾਰੀਏ ਤਾਂ ਨਸ਼ੇ ਦਾ ਮਸਲਾ, ਕਹਿੰਦੇ ਕਿ ਤੁਹਾਡੇ ਪਿੰਡ ਦੇ ਵਿੱਚ ਜੇ ਗੱਲ ਕਰੀਏ ਤੇ ਕਿੰਨਾ ਵਿਕਦਾ ਨਸ਼ਾ, ਵਿਕਦਾ ਹੈ ਜਾਂ ਨਹੀਂ ਵਿਕਦਾ, ਜਾਂ ਨਸ਼ਾ ਜਿਹੜਾ ਖਤਮ ਹੋ ਗਿਆ? ਮੈਮ ਬਹੁਤ ਜ਼ਿਆਦਾ ਹੀ ਨਸ਼ਾ ਹੈਗਾ, ਕਹਿੰਦੇ ਹੁੰਦੇ ਨੇ ਬਾਕੀ ਨੌਜਵਾਨ ਪੀੜ੍ਹੀ ਕਹਿੰਦੇ ਨਸ਼ਿਆਂ ਵੱਲ ਹੀ ਧੱਕੀ ਜਾ ਰਹੀ ਹੈ, ਜਦੋਂ ਕਹਿੰਦੇ ਹੁੰਦੇ ਪੜ੍ਹੇ ਲਿਖੇ ਬੱਚੇ ਫਿਰਦੇ ਨੇ ਜੀ, ਮੁੰਡੇ ਨੇ ਗੇ ਨੌਜਵਾਨ, ਉਹਨਾਂ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਜਾ ਰਹੀ, ਬੇਰੁਜ਼ਗਾਰ ਫਿਰਦੇ ਨੇ, ਉਹ ਨਸ਼ਿਆਂ ਵੱਲ ਹੀ ਜਾ ਰਹੇ ਨੇ ਗੇ, ਤਾਂ ਨਸ਼ਿਆਂ ਦਾ ਕਹਿੰਦੇ ਹੁੰਦੇ ਨੇ ਜੀ ਊਂ ਤਾਂ ਇਹ ਪਾਬੰਦੀਆਂ ਲਾ ਰਹੇ ਨੇ ਪਿੰਡਾਂ ਵਿੱਚ ਵੀ, ਨਸ਼ਾ ਨਾ ਵੇਚੋ, ਐ ਨਾ ਕਰੋ, ਸਰਕਾਰ ਹੀ ਖੁਦ ਹੀ ਆਪ ਹੀ ਕਹਿੰਦੇ ਹੁੰਦੇ ਨੇ ਜੀ ਠੇਕਿਆਂ ਦੇ ਵਿੱਚ ਨੀ ਉਹ ਕਰ ਰਹੇ, ਉਥੋਂ ਵੀ ਨਸ਼ਾ ਮਿਲਦਾ ਹੀ ਕਹਿੰਦੇ ਹੁੰਦੇ ਨੇ, ਬਾਹਰ ਦੀ ਬਾਹਰ ਕਰੀ ਜਾਂਦੇ ਨੇ, ਵੋਟਾਂ ਲੈਣ ਦੇ ਮਾਰੇ ਮੈਮ ਆਪ ਹੀ ਕਹਿੰਦੇ ਹੁੰਦੇ ਨੇ ਨਸ਼ਾ ਦਿੰਦੇ ਆ ਲੋਕਾਂ ਨੂੰ, ਨਸ਼ਿਆਂ ਦੇ ਨਾਲ ਲਾ ਕੇ ਕਹਿੰਦੇ ਹੁੰਦੇ ਨੇ ਵੋਟਾਂ ਲੈਂਦੇ ਨੇ ਜੀ। ਲਾਲਚ ਦਿੱਤਾ ਜਾ ਰਿਹਾ ਹੈਗਾ ਵੀ 1000 ਰੁਪਏ ਮੰਥਲੀ ਦੇਵਾਂਗੇ ਜਾਂ 2000 ਮੰਥਲੀ ਦੇਵਾਂਗੇ, ਸਾਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ, ਜੋ ਸਾਡੀ ਮਤਲਬ ਕਿ ਅਸੀਂ ਸਟੱਡੀ ਕਰ ਰਹੇ ਹਾਂ, ਸਾਡੀ ਯੋਗਤਾ ਦੇ ਆਧਾਰ ਤੇ ਸਾਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈਗੀ।
ਤੁਸੀਂ ਕੀ ਕਰਦੇ ਹੋ ਜੀ ਬੀਲੀਵ ਕਰਦੇ ਆ ਜੀ ਤੇ ਯੂਨੀਵਰਸਿਟੀ ਦੇ ਵਿੱਚ ਤੇ ਤੁਸੀਂ ਪੰਜਾਬ ਦੇ ਵਿੱਚ ਆਪਣਾ ਭਵਿੱਖ ਕਿਹੋ ਜਿਹਾ ਦੇਖਦੇ ਹੋ ਜੀ ਭਵਿੱਖ ਤਾਂ ਕਾਫੀ ਹੱਦ ਤੱਕ ਵਧੀਆ ਵੀ ਹੈ ਤੇ ਵਧੀਆ ਵੀ ਨਹੀਂ ਹੈ ਕਿਉਂਕਿ ਜਦੋਂ ਸਰਕਾਰਾਂ ਸਾਡੇ ਨਾਲ ਵਾਅਦਾ ਕਰਦੀਆਂ ਨੇ ਤਾਂ ਉਹ ਵਾਅਦੇ ਕੁਝ ਪੂਰ ਵੀ ਕਰ ਦਿੰਦੀਆਂ ਨੇ ਤੇ ਕੁਝ ਨਹੀਂ ਵੀ ਕਰਦੀਆਂ ਕਿਹੜੇ ਵਾਅਦੇ ਪੂਰੇ ਕੀਤੇ ਨੇ ਪਿਛਲੀ ਸਰਕਾਰ ਨੇ ਫੋਨ ਮਿਲਿਆ ਤੁਹਾਨੂੰ ਕੈਪਟਨ ਵਾਲਾ ਨਹੀਂ ਮਿਲਿਆ ਮੈਮ ਪਲੱਸ 2 ਤੱਕ ਦਿੱਤਾ ਜੀ ਪਲੱਸ 2 ਕਲਾਸ ਦੇ ਬੱਚਿਆਂ ਨੂੰ ਪਰ ਉਹਨਾਂ ਨੇ ਸਾਡਾ ਭਵਿੱਖ ਖਰਾਬ ਕਰਤਾ ਕਿਉਂਕਿ ਜਿਹੜੇ ਬੱਚਿਆਂ ਨੇ ਆਪਦੀ ਸਟੱਡੀ ਨੂੰ ਆਪਦੇ ਭਵਿੱਖ ਨੂੰ ਤੇ ਆਪਦੇ ਪੇਰੈਂਟਸ ਨੂੰ ਸਮਾਂ ਦੇਣਾ ਸੀਗਾ ਉਹ ਆਪਦੀ ਬਰਬਾਦੀ ਨੂੰ ਸਮਾਂ ਦੇ ਰਹੇ ਨੇ ਜੀ ਇਸ ਕਰਕੇ ਇਹ ਜਿਹੜੇ ਫੋਨ ਦਿੱਤੇ ਨੇ ਸਾਨੂੰ ਫੋਨ ਨਹੀਂ ਚਾਹੀਦੇ ਸਾਨੂੰ 2 ਰੁਪਏ ਵਾਲੀ ਕਿਲੋ ਵਾਲੀ ਕਣਕ ਨਹੀਂ ਚਾਹੀਦੀ ਗੀ ਤੇ ਨਾ ਹੀ ਸਾਨੂੰ ਜਿਹੜੇ ਸਾਨੂੰ ਲਾਲਚ ਦਿੱਤਾ ਜਾ ਰਿਹਾ ਹੈਗਾ ਵੀ 1000 ਰੁਪਏ ਮੰਥਲੀ ਦੇਵਾਂਗੇ ਜਾਂ 2000 ਮੰਥਲੀ ਦੇਵਾਂਗੇ ਸਾਨੂੰ ਇਸ ਚੀਜ਼ ਦੀ ਕੋਈ ਲੋੜ ਨਹੀਂ ਜੋ ਸਾਡੀ ਮਤਲਬ ਕਿ ਅਸੀਂ ਸਟੱਡੀ ਕਰ ਰਹੇ ਹਾਂ ਸਾਡੀ ਯੋਗਤਾ ਦੇ ਆਧਾਰ ਤੇ ਸਾਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈਗੀ ਸਾਡਾ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਹੈਗਾ ਸਾਨੂੰ ਬੇਰੋਜ਼ਗਾਰੀ ਖਤਮ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਤੇ ਜਿਹੜੇ ਲੋਕ ਨੇਗੇ ਸਮਾਂ ਬਰਬਾਦੀ ਦੀ ਜਗ੍ਹਾ ਆਪਦੀ ਭਵਿੱਖ ਨੂੰ ਸਵਾਰਨ ਵਿੱਚ ਲਾਉਣ ਪਰ ਸਾਰੀਆਂ ਪਾਰਟੀਆਂ ਨੇ ਇਹ ਵਾਅਦਾ ਕੀਤਾ ਹੈ ਕੇਜਰੀਵਾਲ ਨੇ ਕਿਹਾ 1000 ਰੁਪਏ ਦਵਾਂਗੇ ਕਾਂਗਰਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 1100 ਰੁਪਏ ਦਵਾਂਗੇ ਸੁਖਬੀਰ ਬਾਦਲ ਨੇ ਵੀ 2000 ਰੁਪਏ ਦਾ ਐਲਾਨ ਕੀਤਾ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਚਾਹੀਦੇ ਹੀ ਨਹੀਂ ਚਾਹੀਦੇ ਸਾਨੂੰ ਜੀ ਨੌਕਰੀ ਚਾਹੀਦੀ ਹੈ ਅਸੀਂ ਤਾਂ ਇੰਨਾ ਪੜ੍ਹ ਲਿਖ ਕੇ ਤੇ ਬੇਰੋਜ਼ਗਾਰ ਤੁਰੇ ਫਿਰਦੇ ਆ ਤੁਸੀਂ ਕੀ ਕਰਦੇ ਹੋ ਮੈਂ ਮੇਰੀ ਐਮਏ ਕੀਤੀ ਹੋਈ ਹੈ ਜੀ ਤੇ ਨੌਕਰੀ ਕਰਦੇ ਹੋ ਜਾਂ ਘਰ ਹੀ ਰਹਿੰਦੇ ਹੋ ਨਹੀਂ ਮੈਮ ਕੋਈ ਨੌਕਰੀ ਨਹੀਂ ਅਸੀਂ ਫਾਰਮ ਭਰਦੇ ਆ 1000-1500 ਰੁਪਏ ਫੀਸ ਭਰੀ ਜਾਂਦੀ ਆ ਤੇ ਐਗਜ਼ਾਮ ਨਹੀਂ ਹੁੰਦੇ ਐਗਜ਼ਾਮ ਹੁੰਦੇ ਆ ਤਾਂ ਰਿਜ਼ਲਟ ਨਹੀਂ ਆਉਂਦੇ ਤੇ ਸਾਡੇ ਫਿਰ ਫੈਮਿਲੀ ਵੀ ਕਹਿੰਦੀ ਆ ਵੀ ਤੁਸੀਂ ਇੰਨੇ ਨਾ ਖਰਚਾ ਕਰਕੇ 1500 ਭਰਤਾ ਮਹੀਨੇ ਬਾਅਦ ਹੋਰ ਨੌਕਰੀ ਲਈ ਭਰ ਦਿੰਦੇ ਪਰ ਮਿਲਦਾ ਸਾਨੂੰ ਕੁਝ ਨਹੀਂ ਤੇ ਸਰਕਾਰ ਤੇ ਵਾਅਦਾ ਕਰਦੀ ਹੈ ਦਾਵਾ ਵੀ ਕਰਦੀ ਹੈ ਪਹਿਲਾਂ ਵਾਅਦਾ ਕਰਦੀ ਹੈ ਨੌਕਰੀਆਂ ਦਵਾਂਗੇ ਫਿਰ ਦਾਵਾ ਕਰਦੀ ਹੈ ਕਿ ਨੌਕਰੀਆਂ ਦੇ ਦਿੱਤੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਫਾਰਮ ਹੀ ਭਰਦੇ ਰਹਿ ਜਾਂਦੇ ਮੈਮ 70 ਸਾਲ ਹੋ ਗਏ ਜੀ ਕੀ ਮਿਲਿਆ 70 ਸਾਲਾਂ ਤੋਂ ਦਾਵੇ ਹੀ ਕਰਦੇ ਆ ਰਹੇ ਨੇ ਜੀ ਕੁਝ ਹੋਇਆ ਨਹੀਂ ਪਰ ਤੁਸੀਂ ਨੌਜਵਾਨ ਹੋ ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਨੂੰ ਸਿਆਸਤ 'ਚ ਨਹੀਂ ਆਉਣਾ ਚਾਹੀਦਾ ਸਿਆਸਤ ਬਦਲ ਨਹੀਂ ਦੇਣੀ ਚਾਹੀਦੀ ਹਾਂਜੀ ਇਸ ਤਾਂ ਕਹਿੰਦੇ ਆਉਣਾ ਚਾਹੀਦਾ ਇਹਦੀ ਵੀ ਇੱਕ ਏਜ ਹੋਣੀ ਚਾਹੀਦੀ ਵੀ ਉਦੋਂ ਬਾਅਦ ਰਿਟਾਇਰ ਹੋ ਜਾਣਾ ਚਾਹੀਦਾ ਇੰਨੇ ਨਹੀਂ ਏਜ ਹੋਈ ਪਈ ਲੀਡਰਾਂ ਦੀ ਉਹ ਚੋਣ ਲੜ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਕਿੰਨੀ ਏਜ ਹੋਣੀ ਚਾਹੀਦੀ ਜਿਸ ਦੇ ਬਾਅਦ ਜਿਹੜੀ ਸਿਆਸਤ ਨਾ ਕਰ ਸਕਣ ਸਿਆਸਤਦਾਨ ਮੈਮ 60-70 ਸਾਲ ਬਹੁਤ ਹੈ ਜੀ ਇਦੋਂ ਬਾਅਦ ਉਹਨਾਂ ਨੂੰ ਵੀ ਆਪਣੇ ਘਰੇ ਬੈਠਣਾ ਚਾਹੀਦਾ ਹੋਰਾਂ ਨੂੰ ਮੌਕੇ ਦੇਣੇ ਚਾਹੀਦੇ ਇੱਕ ਪਰਿਵਾਰ ਦੀ ਪਾਰਟੀ ਚੱਲੀ ਆ ਰਹੀ ਹੈ ਫਿਰ ਜੇਕਰ ਆਪਾਂ ਗੱਲ ਕਰੀਏ ਕਿ ਨੌਕਰੀ ਦਾ ਹੀ ਜਿਹੜਾ ਵੱਡਾ ਮਸਲਾ ਹੈ ਬੇਰੋਜ਼ਗਾਰੀ ਦਾ ਹੀ ਵੱਡਾ ਮਸਲਾ ਹੈ ਪਾਰਟੀਆਂ ਵਾਅਦੇ ਕਰਦੀਆਂ ਨੇ ਕਿ ਬੇਰੋਜ਼ਗਾਰੀ ਪੱਤਾ ਦਵਾਂਗੇ ਕੇਜਰੀਵਾਲ ਨੇ ਵੀ ਕਿਹਾ ਬੀਜੇਪੀ ਨੇ ਵੀ ਆਪਣਾ ਸੰਕਲਪ ਪੱਤਰ ਦੇ ਵਿੱਚ ਲਿਖਿਆ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਜਿਹੜਾ ਬੇਰੋਜ਼ਗਾਰੀ ਪੱਤਾ ਦਵਾਂਗੇ ਜਦੋਂ ਤੱਕ ਨੌਕਰੀ ਨਹੀਂ ਮਿਲੇਗੀ ਤੁਹਾਨੂੰ ਕੀ ਲੱਗਦਾ ਇਹ ਜਿਹੜੇ ਪੱਤੇ ਨੇ ਜਿਹੜੇ ਵਾਅਦੇ ਨੇ ਇਹ ਜਿਹੜੇ ਲਾਹੇਵੰਦ ਨੇ ਨੌਜਵਾਨਾਂ ਲਈ ਨਹੀਂ ਮੈਮ ਸਾਨੂੰ ਰੋਜ਼ਗਾਰ ਹੀ ਦੇ ਦੇਣ ਸਾਨੂੰ ਪੱਤਿਆਂ ਦੀ ਲੋੜ ਹੀ ਨਾ ਪਵੇ ਅਸੀਂ ਆਪਦਾ ਕਮਾਈਏ ਖਾਈਏ ਚੰਗੇ ਸਟੈਂਡ ਤੇ ਰਹੀਏ ਤੇ ਤੁਹਾਨੂੰ ਪਿੰਡ ਦੇ ਵਿੱਚ ਇੱਥੋਂ ਜਦੋਂ ਤੁਸੀਂ ਪੜ੍ਹਨ ਜਾਂਦੇ ਹੋ ਤੇ ਕਿੰਨੀ ਦੂਰ ਕਾਲਜ ਪੈਂਦਾ ਤੇ ਕਿੰਨੇ ਕਾਲਜ ਨੇ ਮੈਂ ਪਹਿਲਾਂ ਸਾਡਾ ਇੱਥੇ ਸਕੂਲ 10ਵੀਂ ਤੱਕ ਸੀ ਫਿਰ ਅਸੀਂ ਪੱਖੋਂ ਲੱਗੇ ਇੱਥੋਂ ਬੱਸਾਂ ਵੀ ਨਹੀਂ ਰੁਕਦੀਆਂ ਸੀ ਸਾਨੂੰ ਲੈ ਕੇ ਨਹੀਂ ਜਾਂਦੀਆਂ ਸੀ ਸਰਕਾਰੀ ਬੱਸਾਂ ਉਹ ਕਹਿੰਦੇ ਕਿਰਾਇਆ ਦਿਓ ਹੁਣ ਸਟੂਡੈਂਟਾਂ ਨੇ ਰੋਜ਼ ਨੇ ਜਾਣਾ ਹੁੰਦਾ ਸੀ ਫਿਰ ਜੀ ਅਸੀਂ ਪੱਖੋਂ ਤੋਂ SD ਕਾਲਜ ਬਰਨਾਲਾ 'ਚ ਮੈਂ BA ਕੀਤੀ ਇੱਥੋਂ ਫਿਰ ਬਰਨਾਲੇ ਜਾਣਾ ਪੈਂਦਾ ਸੀ ਫਿਰ 12ਵੀਂ ਤੱਕ ਅਸੀਂ ਧਰਨੇ ਲਾ ਲਾ ਜੀ 12ਵੀਂ ਤੱਕ ਸਕੂਲ ਲਿੱਤਾ ਆਪਦਾ ਤੇ 12ਵੀਂ ਤੱਕ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਤੇ ਕਾਲਜ ਲਈ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਹਨਾ ਤੇ ਕੀ ਉੱਥੇ ਪ੍ਰੋਫੈਸ਼ਨਲ ਕੋਰਸਿਸ ਹੈਗੇ ਨੇ ਜਿਨ੍ਹਾਂ ਨੂੰ ਕਰਕੇ ਨੌਕਰੀ ਮਿਲਣੀ ਆਸਾਨ ਹੋਵੇ ਹਾਂਜੀ ਹੈਗੇ ਨੇ ਉਹ ਵੀ ਆਪਦੇ ਸਾਰੇ ਜੇ ਅਸੀਂ ਸਟੱਡੀ ਵਧੀ ਕਰਾਂਗੇ ਤਾਂ ਮਿਲੂਗੀ ਪਰ ਸਰਕਾਰ ਨੂੰ ਰੋਜ਼ਗਾਰ ਦੇਣਾ ਚਾਹੀਦਾ ਫੇਰ ਹੀ ਅਸੀਂ ਅੱਗੇ ਜਾਵਾਂਗੇ ਹੁਣ MA ਕਰਕੇ ਘਰੇ ਬੈਠੇ ਆ ਜੀ ਚੋਣ ਮੈਨੀਫੈਸਟੋ ਪੜ੍ਹਦੇ ਹੋ ਤੁਸੀਂ ਜੋ ਚੋਣ ਮਨੋਰਥ ਪੱਤਰ ਜਿਹੜੀਆਂ ਪਾਰਟੀਆਂ ਬਣਾ ਕੇ ਦਿੰਦੀਆਂ ਨੇ ਕਿ ਅਸੀਂ ਮਹਿਲਾਵਾਂ ਲਈ ਇਹ ਕਰਾਂਗੇ ਨੌਜਵਾਨਾਂ ਲਈ ਇਹ ਕਰਾਂਗੇ ਉਹ ਪੜ੍ਹਿਆ ਕਦੇ ਨਹੀਂ ਜੀ ਉਹ ਕਹਿ ਤਾਂ ਦਿੰਦੇ ਨੇਗੇ ਵੀ ਮਤਲਬ ਅਸੀਂ ਕਰਾਂਗੇ ਐਂ ਕਰਾਂਗੇ ਪਰ ਉਹ ਕੁਛ ਨਹੀਂ ਕਰਦੇ ਜੀ ਇਹਨੇ ਕੈਪਟਨ ਨੇ ਵੀ ਕੀਤਾ ਸੀ ਜੀ ਇਹ ਵਾਅਦਾ ਪਰ ਉਹਨਾਂ ਨੇ ਕੋਈ ਵਾਅਦਾ ਪੂਰ ਨਹੀਂ ਲਗਾਇਆ ਹੈਗਾ ਜੀ ਹੁਣ ਜਦੋਂ ਉਮੀਦਵਾਰ ਆਉਣਗੇ ਤੇ ਉਹਨਾਂ ਨੂੰ ਪੁੱਛੋਗੇ ਕੀ ਸਵਾਲ ਪੁੱਛੋਗੇ ਕੀ ਤੁਹਾਡੀ ਪਹਿਲੀ ਡਿਮਾਂਡ ਹੋਏਗੀ ਵੀ ਜੇ ਵੋਟਾਂ ਹੋ ਜਾਣ ਸਰਕਾਰ ਬਣੇ ਤਾਂ ਤੁਸੀਂ ਸਾਡਾ ਇਹ ਮਸਲਾ ਹੱਲ ਕਰਿਓ ਜੀ ਜਦੋਂ ਉਹ ਆਉਣਗੇ ਅਸੀਂ ਉਹਨਾਂ ਨੂੰ ਕਵਾਂਗੇ ਵੀ ਸਾਨੂੰ ਨੌਕਰੀਆਂ ਦਿਓ ਵੀ ਜਦੋਂ ਸਾਨੂੰ ਉਹਨਾਂ ਨੇ ਝੂਠਾ ਵਾਅਦਾ ਕੀਤਾ ਸੀਗਾ ਵੀ ਪਹਿਲਾਂ ਸਾਨੂੰ ਅਸੀਂ ਵੋਟ ਸੁਣ ਫੇਰ ਪਾਵਾਂਗੇ ਪਹਿਲਾਂ ਸਾਨੂੰ ਨੌਕਰੀ ਦਿੱਤੀ ਜਾਵੇ ਜੇਕਰ ਆਪਾਂ ਨਸ਼ੇ ਦੀ ਗੱਲ ਕਰੀਏ ਨਸ਼ੇ ਦਾ ਵੱਡਾ ਮਸਲਾ ਹੈ ਕਿ ਤੁਹਾਡੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਵੀ ਨਸ਼ਾ ਮੁੱਕ ਗਿਆ ਨਹੀਂ ਜੀ ਨਸ਼ਾ ਮੁੱਕਿਆ ਨਹੀਂ ਹੈਗਾ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਜ਼ਿਆਦਾਤਰ ਕਿ ਇਹ ਆ ਜਦੋਂ ਸਾਤੋਂ ਕੋਈ ਵੋਟਾਂ ਮੰਗਣ ਆਉਂਦਾ ਗਾ ਉਹ ਮਤਲਬ ਬੰਦਿਆਂ ਨੂੰ ਮਤਲਬ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਸਰੇਆਮ ਨਸ਼ਾ ਦੇ ਕੇ ਜਾਂਦੇ ਨੇ ਜਿਵੇਂ ਕੋਈ ਸ਼ਰਾਬ ਪੀਂਦਾ ਕੋਈ ਅਫੀਮ ਕੁਛ ਵੀ ਮਤਲਬ ਨਸ਼ਾ ਉਹ ਸਰੇਆਮ ਦੇ ਕੇ ਜਾਂਦੇ ਆ ਜਿਹੜੇ ਉਮੀਦਵਾਰ ਆਉਂਦੇ ਨੇ ਉਹ ਵੋਟਾਂ ਦੇ ਬਦਲੇ ਨਸ਼ਾ ਦਿੰਦੇ ਨੇ ਦਿੰਦੇ ਆ ਜੀ ਹਾਂਜੀ ਨਸ਼ਾ ਦਿੰਦੇ ਨੇ ਜੀ ਪਰ ਹਨਾ ਉਹਨਾਂ ਸਰੇਆਮ ਦੇ ਕੇ ਜਾਂਦੇ ਆਗੇ ਸਰਕਾਰ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਵਾਲੇ ਫਾਰਮ ਭਰਵਾਏ ਸੀਗੇ ਔਰ ਕਾਰਡ ਦਿੱਤਾ ਸੀ ਉਹ ਤੁਸੀਂ ਹੈ
मसला रहने वाला इस बार जो वोटा पानी तुसी? मैम वोटा पावांगे जो सहूलत मिलूगी। महंगाई इन्नी हो रही है, तेल देख लो, रिफाइंड देख लो, सिलेंडर देख लो, की करूगा अगला? आमदन घट, खर्चा ज्यादा, की बनूगा? जो सरकार कुछ दऊगी, वादे तो बहुत कर दिया है, ये करांगे असि वो करांगे, मिलता की है? कुछ भी नहीं। वोट पैनिया ने असि ये करांगे वो करांगे पर मिलता कुछ नहीं। रैलियां दे विच इन्ना इन्ना इकट्ठ हुंदा, उदों करोना नहीं हुंदा, हुण करोना की लहर इन्नी आई है कि आमदन का इन्ना ज्यादा घाटा पै रहा, की करूगा? सरकार ने कोई सहूलत नहीं दी भी कोरोना करके जिन्हां दे बिजनेस प्रभावित हुए ने या फिर उन्हां लई कोई राहत? मैम कुछ भी नहीं, सब कुछ तो मैम बंद है। लॉकडाउन कर दिंदे ने, जो दिल करदा खोल दिंदे ने, जो कर दिंदे ने लॉकडाउन। लॉकडाउन दे विच जो बंदा काम नहीं करूगा तो आमदन कितों आऊगी, की करूगा अगला? खर्चा 20,000 है, आमदन कुछ भी नहीं। जे पिछली सरकार की गल करिए, हल्के पिंड कोई थोड़ा लग्या हो भी एक काम बहुत वधिया कीता सरकार ने? मैम कुछ नहीं कीता, सरकार कहिंदी बहुत कुछ है बट कुछ नहीं करदी मैम। एक जड़ा मसला हैगा आईलेट्स करके जो नौजवान है जो विदेश चले जा रहे ने, थानू की लगता है कि थोड़े आस पास जो तुसी विचरदे हो देखदे हो किन्ने के जिहे नौजवान थानू मिलदे ने या जड़े विदेशां वल जा रहे ने? मैम विदेशां वल जा रहे जो इत्थे नौजवान पढ़े लिखे बच्चे इत्थे फ्री रह रहे ने, उन्हां नूं कुछ नहीं, कोई रुजगार नहीं मिल रहा, तो वह बाहर जाते ने। जदों आपां नूं पंजाब दे विच सब कुछ मिले तो क्यों बाहर जाऊ, क्यों अगला जाऊगा बाहर? जो आप इथे सब कुछ मिलूगा, सरकार आपां नूं इथे दऊगी, इन्ने बच्चे पढ़े लिखे ने सारे वेले बैठे ने, कुछ नहीं मैम उन्हां नूं मिल रहा, कोई नौकरी नहीं मिल रही, कुछ नहीं, पेपर हो रहे ने, फीस लै लैंदे ने गे, फार्म भर लो, ना कोई एग्जाम हुंदा मैम ना कुछ। जेकर आप गल करिए थोड़े मुख्यमंत्री चरणजीत सिंह चन्नी ने, वो थोड़े हल्के तो चोन लड़ रहे ने, ते उन्हां दे सामने आम आदमी पार्टी दे वल्लों लाभ सिंह उगोके ने, फिर श्रोमणी अकाली दल दे वल्लों सतनाम सिंह ने, जेडे थोड़े उम्मीदवार ने, ते जो थानू लगदा भी चरणजीत सिंह चन्नी खुद थोड़े हल्के तो चोन लड़न आ रहे ने, ते इहदा थानू कुछ लाहा या फायदा मिलेगा? मैम देखो सब तो पहली गल यह है भी चाहे कोई भी सरकार आंदी कोई भी आंदा सब सब एवं कहंदे भी असीं ये करांगे वो करांगे पर बाद चो तो मैम कुछ नहीं मिलता। बिल्कुल, अगे भी आप गल करते हैं नौजवानों के नाल, जो हम चरणजीत सिंह चन्नी भी ने मुख्यमंत्री ने वह भी वोट मंगन आएंगे थोड़े इधर, तो तुम उन्होंने जो थोड़ा मौका मिले ना तो सवाल पूछने का की सवाल पूछोगे? मैं पहला पूछांगे जेडे 5 साल ने विसे झूठे वादे किए तो पूरे किए नहीं, अगे तुम की करोगे? असि आप फ्यूचर वर कहे भी साढ़े लिए कुछ किया तो है नहीं गा, तुम अगे की करोगे? जो असि कहे भी साढ़े बेरोजगारियां पईआं ने जां कुछ भी है जी, सारा कुछ पिया गा। बिल्कुल, जेकर होर जेडे उम्मीदवार ने या होर कोई पार्टी कोई शख्स थानू लगता है कि पंजाब नू इस तो आस है? नो। ते तुसी की कर दो? मैं सैलून च जॉब करती हूं। ते तुहानू जेडी नौकरी है सरकार ने जेडे कैप्टन अमरिंदर सिंह ने नौकरी वाले फार्म भरवाए सीगे और कार्ड दिता सी, ओ तुसी हैगा थोड़े कोल? हां जी मैम हैगा सी, रोजगार मेलियां च वी गया, साडा कुछ बने ही नहीं हैगा, जाके देखिया कुछ नहीं बने, मैम सिर्फ इक झूठे वादे आ जी। कहिंदे रोजगार मेले दे विच नौकरियां बड़ियां दित्तियां? नहीं दित्ती मैम, कॉल ही नहीं आई सानू कदे, असि जाके देख ले। किन्ने वैसे रोजगार मेले जे गल करिए किन्ने लगे? मैम लगे भी है पर सानू असि गए भी हां पर सानू कुछ ना कॉल आई ना कदे कुछ मैसेज वगैरह भी सानू दित्ता जाओ, पर एक फॉर्म भर के असि आ जाने बस। कौन निकम्मा बना रहा यूथ नू? यूथ नू जी ज्यादातर नशा जो बिक रहा है ये, ते बाकी जी ज्यादा नौकरी नहीं मिल रही गी, बेरोजगारी आ ते गरीबी आ, इहदा करके सर भी मतलब के साडा यूथ जिहड़ा निकम्मा हो रहा है। तेल रिफाइंड कनक मतलब सब कुछ इतना महंगाई इतनी बढ़ गई है कि लोग परेशान हो चुके हैं। मैम पहला सरकारा हुंदियां सी तुसी वोट पाउंदे सी, ते हुण की फर्क पै गया? हुण जिहड़ियां सरकारा बनदियां ने ते पुरानियां सरकारा च की फर्क है? सानू तां जी कुछ मिलदे नहीं हैगा, कल्ले अके ला जांदे ने, कच्चे घर ने साडे, ओह चोंदे ने कहिंदे थोनू पैसे मिलणगे, कोई मिलदा नहीं। जिहड़े जी फार्म भर के आउंदे कहिंदे छुट्ट हैगे ने, कच्चे घर ओह चोई जांदे ने, कोठे उत्तों दी साडे लैण जांदे, बच्चे लैटरां लगदे ने। असीं कहिंदे जे साडी लाइन चक्की जावे असीं वोट 200 वोट पाऊ चन्नी साहब नूं, ਸਾਡੀ ਲੈਣ ਲੱਗਾ ਜੇ ਕੋਠੇ ਉੱਤੋਂ ਦੀ, ਬੱਚੇ ਸਾਡੇ ਨਾਲ ਲੱਗਦੇ ਲਾਈਟ। ਪਹਿਲਾਂ ਤੁਸੀਂ ਕਹਿ ਕੇ ਆਏ ਕਦੇ ਵਿਧਾਇਕ ਨੂੰ? ਸਾਨੂੰ 15 ਸਾਲ ਹੋ ਗਏ ਜੀ, 15 ਸਾਲ ਉਹ ਜਗ੍ਹਾ ਪਾਈ, ਜਗ੍ਹਾ ਨੀਵੀਂ ਹੋ ਗਈ, ਜਿਸੀ ਕਹਿ ਦੇਣਾ ਸਾਨੂੰ ਵੀ ਸੱਤ ਚੋਂਦੀ ਆ ਪੈਸੇ ਦੇ ਦੋ, ਕਹਿੰਦੇ ਨੇ ਤੁਸੀਂ ਤਾਂ ਪਾਈ ਹੋਈ ਹੈ ਜਗ੍ਹਾ, ਅਸੀਂ ਕਹਿੰਦੇ ਸਾਡੀ ਲੈਣ ਲੱਗਾ ਜੇ ਅਸੀਂ ਵੋਟ ਆਪਦੇ ਹੱਥ ਨਾਲ ਪਵਾਵਾਂਗੇ। ਤੇ ਤੁਸੀਂ ਕਹਿ ਰਹੇ ਹੋ ਕਿ ਕੱਚੇ ਘਰ ਨੇ ਅਜੇ ਵੀ ਤੁਹਾਡੇ, ਹਨਾ, ਤੇ ਆਖਿਰ ਕੀ ਵਜ੍ਹਾ ਰਹੀ ਵੀ ਸਰਕਾਰ ਨੇ ਤੁਹਾਡੀ ਮਦਦ ਕਿਉਂ ਨੀ ਕੀਤੀ? ਸਾਡੀ ਕੋਈ ਮਦਦ ਨੀ ਕਰਦੇ, ਕਹਿੰਦੇ ਛੁੱਟ ਹੈਗੇ ਨੇ ਜੀ,
ਰਸੋਈ ਚ ਹੋਈ ਜਾਂਦੇ ਨੇ ਜੇ ਤਾਂ ਸਾਡੀਆਂ ਛੱਤਾਂ ਨੇ ਗਈਆਂ ਉਹ ਛੱਡ ਟਾਇਲ ਵਾਲੇ ਨੇ ਸਾਨੂੰ ਕੁਛ ਮਿਲਦਾ ਨੀ ਇੱਕ ਵਾਰ ਕਣਕ ਦੇ ਦਿੰਦੇ ਸਾਨੂੰ ਤੇ ਆਹ ਦੇ ਦਿੰਦੇ ਨੇ ਹੋਰ ਇਹ ਜਿਹਾ ਪੈਸਾ ਅਸੀਂ ਇੰਨਾ ਕੁ ਕੀ ਕਰਨਾ ਜੇ ਸਾਡੇ ਵੱਡੇ ਕੰਮ ਨੇ ਉਹ ਕਰਨਾ ਬਿਲਕੁਲ ਜਿਹੜੇ ਵੱਡੇ ਮਸਲੇ ਨੇ ਉਹ ਸੁਲਝਾਉਣ ਦੀ ਗੱਲ ਕਰ ਰਹੇ ਨੇ ਬੀਬੀ ਜੀ ਜੇ ਤੁਹਾਨੂੰ ਪੁੱਛੀਏ ਤੁਹਾਡੇ ਪਿੰਡ ਦੇ ਵਿੱਚ ਆਲੇ ਦੁਆਲੇ ਨਸ਼ਾ ਵਿਕਣਾ ਬੰਦ ਹੋ ਗਿਆ ਨਹੀਂ ਜੀ ਹੋਇਆ ਨਹੀਂ ਵਾਧੂ ਚੱਲਦਾ ਜੀ ਤੇ ਕੌਣ ਵੇਚਦਾ ਸਰਕਾਰਾਂ ਹੀ ਵੇਚਦੇ ਨੇ ਜੀ ਬੱਚਿਆਂ ਨੂੰ ਪਹਿਲਾਂ ਲਾ ਲੈਂਦੇ ਆ ਫਿਰ ਬੱਚੇ ਆਪਦੇ ਆ ਖੁਦ ਖੁਦੀਆਂ ਕਰ ਲੈਂਦੇ ਨੇ ਨੌਕਰੀ ਕਹਿੰਦੇ ਨੌਕਰੀ ਦਿੱਤੀ ਹੈ ਸਰਕਾਰ ਨੇ ਤੁਹਾਡੇ ਪਿੰਡ ਚੋ ਤੁਹਾਡੇ ਘਰ ਚੋ ਕਿਸੇ ਨੂੰ ਮਿਲੀ ਹੈ ਨਹੀਂ ਜੀ ਕਿਸੇ ਨੂੰ ਨਹੀਂ ਮਿਲੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਮਸਲਾ ਤੁਹਾਡੇ ਹਲਕੇ ਦਾ ਤੁਹਾਡੇ ਪਿੰਡ ਦਾ ਜਿਹੜਾ ਹੱਲ ਹੋ ਜਾਣਾ ਚਾਹੀਦਾ ਤੁਰੰਤ ਮਹਿੰਗਾਈ ਵੱਧ ਰਹੀ ਹੈ ਨਾ ਲੋਕ ਇਸ ਮਹਿੰਗਾਈ ਸੇ ਪਰੇਸ਼ਾਨ ਹੋ ਰਹੇ ਮੈਮ ਜੋ ਘਰ ਘਰ ਮੈਂ ਜੋ ਲੇਡੀਜ਼ ਹੈ ਸਿਲੰਡਰ ਹੈ ਮੈਮ ਚੂਲਾ ਜਲਾ ਰਹੇ ਹੈ ਸਿਲੰਡਰ ਇਤਨਾ ਮਹਿੰਗਾ ਕਰ ਦਿਆ ਮੈਮ ਕਹਾਂ ਤੱਕ ਹਮ ਯੇ ਸਭ ਕਰੇ ਕਹਾਂ ਤੱਕ ਖਰਚਾ ਉਠਾਏ ਮੈਮ ਸਰਸੋਂ ਕਾ ਤੇਲ ਰਿਫਾਇੰਡ ਕਣਕ ਮਤਲਬ ਸਭ ਕੁਛ ਇਤਨਾ ਮਹਿੰਗਾਈ ਇਤਨੀ ਵੱਧ ਗਈ ਹੈ ਕਿ ਲੋਕ ਪਰੇਸ਼ਾਨ ਹੋ ਚੁੱਕੇ ਹੈ ਮੈਮ बताओ किस पे भरोसा करें मैम यही सोच के वोट देते हैं कि चलो वो अच्छा हमारे बारे में सोच रहे हैं हम तो वोट इस हित में देते हैं कि चलो कोई तो अच्छा है लेकिन थोड़े दिन बाद वो अपना रंग दिखाना स्टार्ट कर देते हैं थोड़ा भला करते हैं बंदों का थोड़ा मतलब अच्छा ही करेंगे कि थोड़ा सारा कुछ मतलब जनता के हित में करेंगे उसके बाद वो फिर उसी लाइन पे आ जाते हैं फिर जनता परेशान हो जाती है ਬਿਲਕੁਲ ਜੇਕਰ ਤੁਹਾਡੇ ਤੋਂ ਜਾਣੀਏ ਤਾਂ ਇਸ ਵੇਲੇ ਕਿਹੜਾ ਮਸਲਾ ਤੁਹਾਨੂੰ ਲੱਗਦਾ ਹੈ ਕਿ ਜੋ ਤੁਸੀਂ ਵੋਟ ਪਾਉਣ ਜਾਓਗੇ ਜਾਂ ਕੋਈ ਉਮੀਦਵਾਰ ਤੁਹਾਡੇ ਬੂਹੇ ਤੇ ਆਏਗਾ ਤੇ ਕਹੇਗਾ ਮੈਡਮ ਸਾਨੂੰ ਵੋਟ ਪਾਓ ਕੀ ਸੋਚ ਕੇ ਵੋਟ ਪਾਓਗੇ मैम यही सोच के वोट पाएंगे कि मतलब जैसा मतलब कोई उम्मीदवार है अब हम लोग मैंने BA MA किया हुआ है हम लोग घर पे हाउस वाइफ बन के रह गए हैं ठीक है हमसे कहा जाता है कि हाँ हम तुम्हें अगर हम बन जाएंगे तो हम तुम्हें नौकरी देंगे दूसरा कहता है कि हम बन जाएंगे हम तुम्हें नौकरी देंगे पर मैम ऐसा कुछ नहीं है कुछ भी नहीं मिलता है हम लोगों के लिए क्यों मतलब अगर हम अपने बंदे के ऊपर डिपेंड है अगर हम मतलब कल को अपने बंदे से 500 रुपए मांगते हैं वो हमें मतलब जरूरत हमें 1000 की देता है वो 500 रुपए ठीक है अगर हम अपने बस हम यही सोचते हैं कि बस हमें नौकरी मिलनी चाहिए हम हाउस या नई नौकरी दे रहे हैं तो कम से कम घर का तो हमें मतलब रोजगार दें कि जो हाउस वाइफ मतलब घर पे अपना काम कर खाना और बच्चों के संभालने के बाद अपना काम मतलब घर का काम भी कर सके और मतलब जो घर बैठे हमें नौकरियां मिले तो हम मतलब कोई बिजनेस वगैरह मतलब ऐसा दें कि जिसे हम अपने घर बैठे मतलब कर सके जेकर तो सरकार नु या फिर पार्टियां नु कोई अपील करनी होवे भी ए थोड़े पिंड दा थोड़े हलके दा वड्डा मसला जेड़ा हल करना की कहोगे उन्हां नु जिस सरकार नूं ही कहांगे भी साडे जिहड़े नौजवान पीढ़ी हैगी साडा यूथ अज दा इह नकम्मा बनाउण दी बजाए इन्हां नूं मतलब कि अवेयर कीता जावे भी उन्हां नूं इस तरह दी सहूलत प्रदान कीती जावे भी उह आपदे आप नूं भी उच्चा चुक सकण ते राजनीति दे विच आउण कौण निकम्मा बना रिहा यूथ नूं यूथ नूं जी ज्यादातर नशा जदों बिक रिहा इह ते बाकी जी जदों नौकरी नहीं मिल रहीगी बेरोजगारी आ ते गरीबी आ इहदा करके सर भी मतलब कि साडा यूथ जिहड़ा निकम्मा हो रिहा गा तो महिलावां दी जेकर आपां गल करिए कि तुहानूं की लगदा महिलावां जिहड़ियां ने उह सियासत दे विच इन्नियां घट क्यों ने क्योंकि जी ज्यादातर इह सोचा जांदा गा भी जिहड़ी औरत हैगी उह घरेलू कम करने दे जोगा फिजिकल तौर ते फिट नहीं हुंदी है डर ज्यादा हुंदा है औरत दे विच इस करके उहनूं राजनीति दे विच लिआंदा नहीं जांदा हैगा गा भी उह जिहड़ी राजनीति दे विच हैगी चोण किसे तरह दी भी लड़ ही नहीं सकदी गी क्योंकि उह सिर्फ आपदे बच्चां दा पालन पोषण तक ही सीमित ਬਿਲਕੁਲ ਇਹਨਾਂ ਦੀ ਜਿਹੜੀ ਗੱਲ ਕਰ ਰਹੇ ਨੇ ਕਿ ਮਹਿਲਾਵਾਂ ਜਿਹੜੀਆਂ ਸਿਆਸਤ ਤੋਂ ਇੰਨੀਆਂ ਦੂਰ ਕਿਉਂ ਨੇ ਉਸ ਦੀ ਵਜ੍ਹਾ ਉਹ ਦੱਸ ਰਹੇ ਨੇ ਨੌਜਵਾਨ ਚਿਹਰੇ ਇੱਥੇ ਮੌਜੂਦ ਸਨ ਬੀਬੀਆਂ ਨਾਲ ਅਸੀਂ ਗੱਲ ਕੀਤੀ ਇਹ ਵਿਧਾਨ ਸਭਾ ਹਲਕਾ ਪਦੌੜ ਜਿੱਥੋਂ ਚਰਨਜੀਤ ਸਿੰਘ ਚੰਨੀ ਖੁਦ ਚੋਣ ਪੇੜ ਦੇ ਵਿੱਚ ਨਿਤਰੇ ਹੋਏ ਨੇ ਤੇ ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਭ ਸਿੰਘ ਉਗੋਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਤਨਾਮ ਸਿੰਘ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਵੱਲੋਂ ਧਰਮ ਸਿੰਘ ਨੂੰ ਚੋਣ ਪੇੜ ਦੇ ਵਿੱਚ ਨਿਤਾਰਿਆ ਗਿਆ ਚਰਨਜੀਤ ਸਿੰਘ ਚੰਨੀ ਨੇ ਜੋ ਉਹ ਦੋ ਥਾਵਾਂ ਤੋਂ ਚੋਣ ਲੜ ਰਹੇ ਨੇ ਚਮਕੌਰ ਸਾਹਿਬ ਤੋਂ ਤੇ ਪਦੌੜ ਤੋਂ ਤੇ ਅਸੀਂ ਜਿਹੜਾ ਤੁਹਾਨੂੰ ਸੂਰਤੇ ਹਾਲ ਦਿਖਾਇਆ ਪਦੌੜ ਹਲਕੇ ਦਾ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਬੁਨਿਆਦੀ ਸਹੂਲਤਾਂ ਦੀਆਂ ਵੀ ਗੱਲ ਕਰਦੇ ਨੇ ਦੱਸਦੇ ਨੇ ਕਿ ਅਜੇ ਵੀ ਕੱਚੇ ਮਕਾਨ ਇਸ ਹਲਕੇ ਦੇ ਵਿੱਚ ਨੇ ਤੇ ਜਦੋਂ ਕਿ ਵਾਅਦਾ ਕੀਤਾ ਜਾਂਦਾ ਹੈ ਦਾਅਵਾ ਕੀਤਾ ਜਾਂਦਾ ਹੈ ਕਿ ਸਰਕਾਰਾਂ ਗਰੀਬਾਂ ਦੀ ਸਾਰ ਲੈਣਗੀਆਂ ਨੌਕਰੀ ਵਾਲਾ ਜਿਹੜਾ ਵਾਅਦਾ ਸੀ ਉਹ ਕਿਸ ਤਰ੍ਹਾਂ ਵਫਾ ਕਰਨ ਦੇ ਦਾਅਵੇ ਹੋਏ ਪਰ ਜਿਹੜਾ ਉਹ ਪੂਰਾ ਸਿਰੇ ਨਹੀਂ ਅਜੇ ਤੱਕ ਚੜਿਆ ਇਹ ਵੀ ਸਵਾਲ ਹੈ ਜਿਹੜੇ ਬੀਬੀਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਉਠਾਏ ਗਏ ਨੇ ਤੇ ਫਿਰ ਜਿਹੜਾ ਨਸ਼ੇ ਦਾ ਮਸਲਾ ਹੈ ਉਹ ਵੀ ਜਿਉਂਦਾ ਤਿਉਂ ਖੜਾ ਹੋਇਆ ਉਮੀਦ ਕਰਦੇ ਹਾਂ ਕਿ ਖੁਦ ਮੁੱਖ ਮੰਤਰੀ ਜੋ ਚਰਨਜੀਤ ਸਿੰਘ ਚੰਨੀ ਨੇ ਉਹ ਵੀ ਇਸ ਮਸਲੇ ਦੇ ਵੱਲ ਧਿਆਨ ਦੇਣਗੇ ਕਿਉਂਕਿ ਉਹ ਚੋਣ ਪਿੜ ਦੇ ਵਿੱਚ ਨਿਤਰੇ ਹੋਏ ਨੇ ਤੇ ਉਹਨਾਂ ਨੂੰ ਇਹਨਾਂ ਬੀਬੀਆਂ ਦੀ ਗੱਲ ਜ਼ਰੂਰ ਉਹਨਾਂ ਤੱਕ ਪਹੁੰਚੇਗੀ ਅਜਿਹੀ ਅਸੀਂ ਉਮੀਦ ਕਰਦੇ ਹਾਂ ਤੇ ਲਗਾਤਾਰ ABP ਸਾਂਝਾ ਦੇ ਨਾਲ ਤੁਸੀਂ ਜੁੜੇ ਰਹੋ ਹਲਕਾ ਦਰ ਹਲਕਾ ਜਾ ਕੇ ਤੁਹਾਨੂੰ ਜਿਹੜੀ ਗਰਾਊਂਡ ਜ਼ੀਰੋ ਤੋਂ ਸੱਚਾਈ ਤੋਂ ਅਸੀਂ ਵਾਕਿਫ ਕਰਵਾਉਂਦੇ ਰਹਾਂਗੇ।